ओए जुफे आर्डर रेडी हो गया क्या नहीं? ओए गाहक ने पहले मेरी धोन बाद च दुकान भन देनी है। ओ वाह भाई, तू तो केक नहीं केकड़ा बना दिता है। दिल करता तेन खुशी च दो चार चपेड़ा मार दे। ओए हले कंप्लीट नहीं होया ना, होर तू इन डबल सेम वाली जैकेट लानी है। बस ठीक है, बन गया। आ की मेवा पिया। ओए मक्खी आ केक ते बहन लगी सी, मैं मारता। हुण टेंशन ये बन गई है कि आर्डर फड़िया सी 3000 दा, तू ते 33000 लाता। फिर की होया? ओए शादी दा दिन ना, आपां नूं उत्थों बहुत आर्डर मिलने आ। बेटा तू इदां ही 3000 दे आर्डर ते 33000 लाई जा, हफ्ते बाद मेरी कोठी विकी लै। ले दस, एक केक पिछे शेख हो गया। अच्छा बाद च गल कर लांगे, फटाफट केक तैयार कर, आपां अगले दे मुंह ते जाके मारीए। बस इहदे ते थोड़े शीशे लगने आ, फिर रेडी आ। बहुत अच्छे, नाले मुनीर नूं कह खोता रेडी लै आवे। हां मुनीर फटाफट लै के आ। ਇਹ ਤੇ ਨਕਲੀ ਫੁੱਲ ਆ, ਅਸਲੀ ਕਹੇ ਸੀ। ਬਹੁਤੀ ਬਕਵਾਸ ਨਾ ਕਰ, ਹੁਣ ਇਹਨਾਂ ਨਾਲ ਹੀ ਗੁਜ਼ਾਰਾ ਕਰ। ਮੈਨੂੰ ਇਹ ਦੱਸ ਇਹਨਾਂ ਵਿਚਾਰੇ ਨਕਲੀ ਫੁੱਲਾਂ ਤੇ ਭਵਰੇ ਕਿੱਦਾਂ ਆਣਗੇ। ਉਹ ਇਹਨਾਂ ਨੂੰ ਛੱਡ, ਤੂੰ ਆਪਣੇ ਭਵਰੇ ਦਾ ਸੋਚ। ਬਾਜੀ ਟੈਨਸ਼ਨ ਨਾ ਲਾਓ, ਤੁਹਾਡੇ ਅੰਸੂ ਨਿਕਲਣੇ ਤੇ ਮੇਕਅਪ ਖਰਾਬ ਹੋ ਜਾਣਾ। ਜਿਹੜੇ ਤੇਰੇ ਅੰਸੂ ਆ ਰਹੇ ਨੇ, ਇਹਨਾਂ ਨੂੰ ਫਟਾਫਟ ਪੀਜਾ ਪੀਜਾ। ਤੈਨੂੰ ਪਤਾ ਨਾ ਮੈਨੂੰ ਅਸਲੀ ਫੁੱਲਾਂ ਨਾਲ ਕਿੰਨਾ ਪਿਆਰ ਆ, ਫਿਰ ਵੀ ਨਕਲੀ ਫੁੱਲ ਲੈ ਕੇ ਆ ਗਿਆ, ਨਕਲੀ ਅਰਤਕਲ ਦੇ ਮੂੰਹ ਵਾਲਿਆ। ਇਹ ਵੀ ਫੁੱਲ ਆ, ਹੋਰ ਬਿਜਲੀ ਦਾ ਬਿੱਲ ਆ। ਚੁੱਪ, ਮਜ਼ਾਕ ਨਾ ਕਰ। ਓਹ ਨਜ਼ੀਰ, ਸਾਡੀ ਸ਼ਾਦੀ ਸਿਰਫ ਇੱਕ ਵਾਰੀ ਹੋਣੀ ਆ। ਸ਼ਾਦੀ ਤੋਂ ਪਹਿਲੇ ਹੀ ਤੂੰ ਮੇਰੇ ਨਾਲ ਫਰਾਡ ਕਰਨ ਦੇ ਆਵਾਂ, ਬਾਅਦ ਚ ਖਰੇ ਕੀ ਕਰੇਂਗਾ? ਪੁੱਤ ਪੂਰੀ ਦੁਨੀਆ ਨੂੰ ਗੇੜਾ ਦੇ ਸਕਦਾ, ਪਰ ਇਹਨੂੰ ਨਹੀਂ ਦੇ ਸਕਦਾ। ਇਹਦਾ ਨਾਂ ਛੰਮੋ ਛੁਰੀ ਆ। ਅੱਛਾ, ਬਹੁਤਾ ਭੌਂਕਣਾ, ਮੈਂ ਨਵਾਂ ਮੰਗਾ ਲੈਣਾ। ਆ ਮੈਂ ਨਹੀਂ ਜਾਣਾ, 8ਵੀਂ ਵਾਰੀ ਫੇਰ ਜਾਵਾਂ। ਉਹ ਪੁੱਤ ਵਿਆਹ ਵਾਲੇ ਦਿਨ ਨਹੀਂ ਭੱਜੀਦਾ ਹੁੰਦਾ। ਉਹ ਰੁਕ ਜਾ ਛੂ, ਉਹ ਇਹਨੂੰ ਫੜੀ ਓਏ। ਉਹ ਪਰੇ ਹੱਟ, ਦੇਖਦੇ ਮੂੰਹ ਵਾਲਿਆ। ਵੇ ਰੁਕ ਜਾ, ਮੇਰਾ ਭਰਾ ਨਹੀਂ। ਵੇ ਰੁਕ ਜਾ, ਅੱਜ ਮੈਂ ਕਿਸੇ ਬੱਸ ਥੱਲੇ ਕਸਮੇ 20 ਰੁਪਏ ਦਵਾਂਗੀ, ਰੁਕ ਜਾ। ਹਾਏ ਮੈਨੂੰ ਤੇ ਸਾਹ ਚੜ ਗਿਆ। ਵੇ ਬੋਤੇ ਨਹੀਂ ਇੱਕ ਹੀ ਫੁੱਲ ਲਿਆ ਦੇ, ਹੈਲੋ ਮੈਂ ਉਹਦੀਆਂ ਫੋਟੋ ਕਾਪੀਆਂ ਕਰਾ ਲਾਂਗੀ। ਉਹ ਕੋਈ ਤੁਹਾਨੂੰ ਫੜ ਲਿਆ ਉਨੀ ਦਿਓ। ਵੇ ਰੁਕ ਜਾ, ਵੇ ਰੁਕ ਜਾ, ਤੇਰੇ ਮਰ ਜਾਣ ਸਾਈ। ਸ਼ਾਦੀ ਤੇ ਸ਼ਹੀਦ ਹੋ ਜਾਣਾ। ਨਹੀਂ ਤੇਰੀ ਸਪੀਡ ਬਹੁਤੀ ਹੈ, ਤੂੰ ਜਾ। ਹਾਏ ਮੇਰੀ ਸ਼ਾਦੀ ਦੀ ਵਾਟ ਲੱਗ ਗਈ ਆ। ਤੂੰ ਟੈਨਸ਼ਨ ਨਾ ਲੈ, ਘਬਰਾ ਨਾ, ਸਾਡੀ ਰਕਈਆ ਉਹਦੇ ਪਿੱਛੇ ਗਈ ਆ। ਉਹ ਵੀ ਆ ਜਾਏਗਾ, ਤੇਰੇ ਫੁੱਲ ਵੀ ਆ ਜਾਣਗੇ। ਹਾਏ ਮੇਰੇ ਅਰਮਾਨਾਂ ਦੀ ਕਿਸ਼ਤੀ ਚ ਮੋਰੀ ਹੋ ਗਈ। ਬਸ ਮੈਨੂੰ ਅੱਲਾ ਦਿੱਤਾ ਮਿੱਠੇ ਵਾਲਾ ਕਹਿੰਦੇ ਨੇ। ਹੁਣੇ ਨਾ ਕਹਿ ਦਿਓ ਮੇਰੀ ਸ਼ਾਦੀ ਦਾ ਕੇਕ ਆ, ਪਲੀਜ਼ ਕਹਿ ਦਿਓ ਮੇਰੀ ਸ਼ਾਦੀ ਦਾ ਕੇਕ ਨਹੀਂ। ਹੋਰ ਅਸੀਂ ਜਨਾਜ਼ੇ ਤੇ ਆਏ ਆ। ਦਿਲ ਤੇ ਕਰਦਾ ਤੂੰ ਕੇਕ ਸਿੱਟਿਆ, ਮੈਂ ਤੇਰੇ ਸਿੱਟਾਂ। ਹਲੋ ਗੱਲ ਸੁਣ, ਕੇਕ ਸਿੱਟਿਆ ਤੂੰ? ਜਿੰਨੀ ਮਿਹਨਤ ਮੈਂ ਕੇਕ ਤੇ ਕੀਤੀ ਹੈ, ਮੈਂ ਪਾਕਿਸਤਾਨ ਚ ਕੀਤੀ ਹੁੰਦੀ ਮੈਂ ਵੀ ਵਜ਼ੀਰ ਆਜ਼ਮ ਹੋਣਾ ਸੀ। ਅੱਛਾ ਕੇਕ ਵਾਸਤੇ ਨਾ ਲੜੋ, ਪਹਿਲੇ ਵੇਖ ਤਾਂ ਲਈਏ ਕੇਕ ਦਾ ਟੇਸਟ ਤੇ ਨਹੀਂ ਖਰਾਬ ਹੋਇਆ। ਇੱਕ ਮਿੰਟ ਠਹਿਰ ਜਾਓ, ਮੇਰੇ ਕੋਲ ਇੱਕ ਆਈਡੀਆ ਹੈ। ਆਪਾਂ ਕੇਕ ਨੂੰ ਇੱਥੇ ਰਹਿਣ ਦਿੰਦੇ ਹਾਂ, ਨਿਕਾਹ ਖਤਮ ਹੋਣ ਤੋਂ ਬਾਅਦ ਕੱਲੇ ਕੱਲੇ ਮਹਿਮਾਨ ਨੂੰ ਇੱਥੇ ਲਿਆਵਾਂਗੇ। ਅੱਗੋਂ ਜਿਹਦਾ ਦਿਲ ਕੀਤਾ ਉਹ ਕੱਟ ਕੇ ਖਾ ਲੇਗਾ, ਜਿਹਦਾ ਦਿਲ ਕੀਤਾ ਉਹ ਚੱਟ ਕੇ ਖਾ ਲੇਗਾ। ਵਾਹ ਵਾਹ, ਬਹੁਤ ਅੱਛਾ, ਮੂੰਹ ਵੇਖ ਜਿਹਾ ਚਿੱਬੜ ਹੁੰਦਾ। ਚਲੋ ਕੰਪਰੋਮਾਈਜ਼ ਕਰ ਲੈਨੇ ਆ, ਤੂੰ ਮੇਰੇ ਵਾਸਤੇ ਨਵਾਂ ਕੇਕ ਬਣਾ ਕੇ ਲਿਆ ਤੇ ਆ ਪਾਟਾ ਕੇਕ ਤੇਰਾ ਹੋ ਗਿਆ, ਠੀਕ ਹੈ? ਨਾ ਮੈਂ ਪਾਗਲ ਹਾਂ, ਮੇਰਾ ਨਵਾਂ ਕੇਕ ਨਾ ਨਾ ਆਇਆ, ਮੈਂ ਤੇਤੇ ਰੇਪ ਦਾ ਇਲਜ਼ਾਮ ਲਾ ਦੇਣਾ ਹੀ। ਹਾਂ ਥੋੜੀ ਜਿਹੀ ਹਿੱਲੀ ਆ। ਓ ਹੈਲੋ, ਆਰਾਮ ਨਾ ਭਾਈ, ਕੋਈ ਪੰਗਾ ਪੈ ਗਿਆ, ਸਾਡੀ ਪੇਮੈਂਟ ਮਰ ਜਾਣੀ ਆ। ਚਲੋ ਤਿੰਨ ਨਾ ਸਹੀ, 1500 ਹੀ ਮਿਲ ਜਾਊ। ਉਹ ਬਸ ਕਰ, ਤੇਰਾ ਗੁੱਸਾ ਹੈ ਕਿ ਛਾਪਰ ਆ ਜਿਹੜਾ ਥੱਲੇ ਹੀ ਨਹੀਂ ਆਉਣ ਡਿਆ, ਸਕੂਨ ਕਰ। ਜਿੰਨੀ ਆਕੜ ਆ ਨਾ ਇਸ ਕੁੜੀ 'ਚ,
दुआ करे दी सास होवे ते फुल कपत्ती होवे। चल यार शादी दा दिन आ, कोई हल करदे आ, इहनूं ही टेपां ला के सही करदे आ।